ਨਮਸਕਾਰ ਦੋਸਤੋ, ਮੈਂ ਤੁਹਾਡਾ ਆਪਣਾ ਮਨਜੋਤ ਸ਼ਰਮਾ ਅੱਜ ਇੱਕ ਵਾਰ ਫਿਰ ਵੀਡੀਓ ਲੈ ਕੇ ਆਇਆ ਹਾਂ। ਅੱਜ ਮੈਂ ਤੁਹਾਨੂੰ ਕੋਈ ਸੂਟ ਨਹੀਂ ਦਿਖਾਊਂਗਾ, ਕੁਛ ਨਹੀਂ ਦਿਖਾਊਂਗਾ। ਅੱਜ ਜਸਟ ਆਪਾਂ ਗੱਲਾਂ ਕਰਾਂਗੇ, ਅੱਜ ਫੇਸ ਟੂ ਫੇਸ। ਮੇਰਾ ਗੱਲਾਂ ਕਰਨ ਦਾ ਮਤਲਬ ਸਿਰਫ ਇਹੀ ਆ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਮੈਂ ਕਿਸ ਤਰ੍ਹਾਂ ਵਪਾਰ ਕਰ ਰਿਹਾ ਜਾਂ ਕਿਸ ਤਰ੍ਹਾਂ ਅਸੀਂ ਸੂਟ ਵੇਚ ਰਹੇ ਹਾਂ, ਕਿਸ ਤਰ੍ਹਾਂ ਸਾਡਾ ਕੰਮ ਚੱਲ ਰਿਹਾ। ਦੇਖੋ ਜੀ, ਬਹੁਤ ਮੇਰੇ ਕੋਲ ਦੁਕਾਨਦਾਰ ਜੋ ਪਿੰਡਾਂ 'ਚ ਦੁਕਾਨਾਂ ਕਰਦੇ ਨੇ, ਭੈਣ ਭਰਾ ਮੈਨੂੰ ਫੋਨ ਆਉਂਦੇ ਨੇ ਉਹਨਾਂ ਦੇ, ਉਹ ਕਹਿੰਦੇ ਨੇ ਵੀ ਅਸੀਂ ਤੁਹਾਡੇ ਕੋਲ ਆ ਤਾਂ ਜਾਈਏ ਜੀ, ਅਸੀਂ ਪਹਿਲਾਂ ਦਿੱਲੀ ਗਏ ਸੀ, ਲੁਧਿਆਣੇ ਗਏ ਸੀ, ਸਾਡੇ ਨਾਲ ਠੱਗੀ ਹੋ ਗਈ, ਇਹ ਹੋ ਗਿਆ, ਸਲਵਾਰ ਘੱਟ ਨਿਕਲੀ ਆ, ਸਲਵਾਰ ਢਾਈ ਤਿੰਨ ਲਿਖਿਆ ਸੀਗਾ, 2.5 ਨਿਕਲੀ ਆ ਜਾਂ 2 ਮੀਟਰ ਨਿਕਲੀ ਆ, ਜਾਂ ਕੱਪੜਾ ਮਾੜਾ ਦਿੱਤਾ, ਜਾਂ ਠੱਗੀ ਵੱਜ ਗਈ। ਦੇਖੋ ਜੀ, ਮੈਂ ਇੱਕ ਗੱਲ ਜਾਣਦਾ, ਲੋਕ ਦਿੱਲੀ ਤੱਕ ਜਾਏ, ਲੁਧਿਆਣੇ ਤੱਕ ਜਾਏ, ਉੱਥੇ ਜਾਣ ਦਾ ਉਹਨੂੰ ਫਿਰ ਫਾਇਦਾ ਗਾ। ਫਸਟ ਆਫ ਆਲ, ਅਗਰ ਤੁਸੀਂ ਕੁਆਂਟਿਟੀ ਵਿੱਚ ਮਾਲ ਲੈਣਾ ਚਾਹੁੰਦੇ, ਠੀਕ ਹੈ, ਅਗਰ ਤੁਸੀਂ 2 ਲੱਖ 3 ਲੱਖ 5 ਲੱਖ ਦਾ ਮਾਲ ਲੈਣਾ ਤਾਂ ਤੁਹਾਨੂੰ ਦਿੱਲੀ ਜਾਂ ਲੁਧਿਆਣੇ ਜਾਣ ਦਾ ਫਾਇਦਾ। ਅਗਰ ਤੁਸੀਂ ਛੋਟੇ ਲੈਵਲ ਤੋਂ ਕੰਮ ਕਰਨਾ ਚਾਹੁੰਦੇ ਹੋ, ਅਗਰ ਤੁਹਾਨੂੰ ਚਾਹੀਦਾ ਵੀ ਤੁਹਾਨੂੰ ਥੋਕ ਰੇਟ ਉੱਤੇ ਮਾਲ ਮਿਲੇ ਅਤੇ ਰੀਜ਼ਨੇਬਲ ਰੇਟ ਮਿਲਣ, ਠੀਕ ਹੈ, ਘੱਟ ਪੂੰਜੀ ਵਿੱਚ ਸਾਨੂੰ ਵਧੀਆ ਮਾਲ ਮਿਲ ਜਾਏ, ਥੋੜ੍ਹੇ ਪੈਸੇ ਲੱਗਣ, ਤਾਂ ਤੁਸੀਂ ਮੇਰੇ ਕੋਲ ਆ ਸਕਦੇ ਹੋ। ਕਿਉਂਕਿ ਮੇਰੀ ਕੋਸ਼ਿਸ਼ ਇਹ ਆ, ਮੇਰੇ ਨਾਲ ਜੀ ਮਤਲਬ 40 ਤੋਂ 50 ਦੁਕਾਨਦਾਰ ਭੈਣ ਭਰਾ ਜੁੜੇ ਹੋਏ ਇਸ ਟਾਈਮ, ਜੋ ਰਿਪੀਟ ਦੇ ਤੌਰ 'ਤੇ ਉੱਥੋਂ ਕੱਪੜਾ ਲੈ ਕੇ ਜਾ ਰਹੇ ਨੇ ਅਤੇ ਬਹੁਤ ਖੁਸ਼ ਨੇ, ਠੀਕ ਹੈ ਜੀ। 4-4, 5-5 ਸਾਲ ਹੋ ਗਏ ਉਹਨਾਂ ਨੂੰ ਮੇਰੇ ਤੋਂ ਕੱਪੜਾ ਖਰੀਦਦੇ ਨੂੰ, ਉਹ ਪਹਿਲਾਂ ਬਹੁਤ ਦੂਰ ਦੂਰ ਤੱਕ ਜਾਏ ਬਟ ਉਹਨਾਂ ਦੇ ਮਨ ਨੂੰ ਸੈਟਿਸਫੈਕਸ਼ਨ ਨਹੀਂ ਸੀ ਮਿਲੀ। ਮੇਨ ਚੱਕਰ ਕੀ ਪੈ ਰਿਹਾ ਦੁਕਾਨਦਾਰ ਭੈਣ ਭਰਾਵਾਂ ਨੂੰ, ਉਹ ਕੱਪੜੇ ਦਾ ਕੰਮ ਕਰਨਾ ਚਾਹ ਰਹੇ ਨੇ, ਉਹ ਚਾਹੁੰਦੇ ਨੇ ਅਸੀਂ ਕੰਮ ਕਰੀਏ ਬਟ ਉਹਨਾਂ ਨੂੰ ਪ੍ਰੋਪਰ ਠੂਹੀ ਨਹੀਂ ਮਿਲ ਰਹੀ ਵੀ ਕਿੱਥੋਂ ਕੱਪੜਾ ਖਰੀਦਣ, ਕਿੱਥੇ ਉਹਨਾਂ ਨੂੰ ਵਾਜਬ ਰੇਟ 'ਤੇ ਕੱਪੜਾ ਮਿਲੂਗਾ ਅਤੇ ਉਹ ਲਿਆ ਕੇ ਵੇਚ ਸਕਣ, ਉਹਨਾਂ ਨੂੰ 4 ਪੈਸੇ ਬਣਨ ਵਿੱਚੋਂ। ਸੋ ਸਾਡੀ ਸੋਚ ਇਹ ਹੈ ਕਿ ਤੁਸੀਂ ਇੱਕ ਵਾਰ ਮੇਰੇ ਨਾਲ ਜੁੜੋ, ਸਾਡੀ ਟੀਮ ਦਾ ਹਿੱਸਾ ਬਣੋ, ਮੈਂਬਰ ਬਣੋ। ਮੈਂ ਤੁਹਾਨੂੰ ਜਿਸ ਗੱਲ ਦੀ ਗਰੰਟੀ ਦਿੰਦਾ, ਯਕੀਨ ਦਿਵਾਉਣਾ, ਅਗਰ ਤੁਹਾਡੀ ਦੁਕਾਨ 'ਤੇ ਤੁਸੀਂ ਇੱਕ ਵਾਰ ਵੀ ਕੱਪੜਾ ਲੈਣ ਆਓਗੇ ਤਾਂ ਤੁਸੀਂ ਸਾਡੇ ਨਾਲ ਆਪਣੇ ਆਪ ਜੁੜੋਗੇ, ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਰੇਟ ਕਿੰਨੇ ਰੀਜ਼ਨੇਬਲ ਨੇ, ਕਿੰਨੇ ਸਸਤੇ ਨੇ, ਪਿਓਰ ਤੁਹਾਨੂੰ ਥੋਕ ਰੇਟ 'ਤੇ ਕੱਪੜਾ ਦੇਵਾਂਗੇ, ਲੁਧਿਆਣੇ ਦਿੱਲੀ ਵਾਲੇ ਰੇਟਾਂ 'ਤੇ ਤੁਹਾਨੂੰ ਇੱਥੇ ਕੱਪੜਾ ਦੇਵਾਂਗੇ। ਸਾਡਾ ਮੇਨ ਮਕਸਦ ਕੀ ਹੈ ਜੀ, ਸਾਡਾ ਮੇਨ ਮਕਸਦ ਇਹ ਆ ਵੀ ਸਾਡੇ ਜੋ ਆਸੇ ਪਾਸੇ ਪਿੰਡਾਂ ਵਿੱਚ ਭੈਣ ਭਰਾ ਸੂਟ ਵੇਚ ਰਹੇ ਨੇ ਜਾਂ ਡੱਗੀ ਦਾ ਕੰਮ ਕਰਦੇ ਨੇ, ਠੀਕ ਹੈ, ਉਹਨਾਂ ਨੂੰ ਅਸੀਂ ਇੱਥੇ ਬੈਠੇ ਬਿਠਾਏ ਉਹਨਾਂ ਨੂੰ ਸਸਤਾ ਮਾਲ ਦੇ ਸਕੀਏ, ਠੀਕ ਹੈ ਜੀ। ਬਸ ਮੈਂ ਤੁਹਾਨੂੰ ਇਹ ਕਹੂੰਗਾ, ਇੱਕ ਵਾਰ ਸਾਡੇ ਕੋਲ ਆਓ, ਸਾਡੇ ਨਾਲ ਜੁੜੋ, ਠੀਕ ਹੈ, ਮਾਲ ਲਓ ਨਾ ਲਓ ਵੱਖਰੀ ਗੱਲ ਹੈ, ਇੱਕ ਵਾਰ ਆਓ ਸਮਝੋ ਦੇਖੋ ਮਾਲ, ਠੀਕ ਹੈ ਜੀ, ਉਸ ਤੋਂ ਬਾਅਦ ਤੁਹਾਨੂੰ ਆਪਣਾ ਪਤਾ ਲੱਗੂਗਾ ਵੀ ਹਾਂ ਸਾਡਾ ਰੇਟ ਕਿੰਨੇ ਰੀਜ਼ਨੇਬਲ ਨੇ। ਸਾਡਾ ਜੀ ਰਿਟੇਲ ਅਤੇ ਹੋਲਸੇਲ ਦੋਨੋਂ ਕੰਮ ਨੇ, ਠੀਕ ਹੈ ਜੀ, ਘੱਟੇ।